ਜਿਆਦਾ ਲੁਧਿਆਣਾ ਸਿਟੀ ਲਾਈਵ ਤੇ ਦੇਣਾ ਸਿੰਘਿਆ ਟੀਵੀ ਦੇਖੋ ਸਾਰੇ ਸੋਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇੰਡਸਟਰੀ ਰਿਸ਼ਤਾ ਨਹੀਂ ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਆ, ਬਹੁਤ ਹੀ ਵਧੀਆ ਇੱਕ ਉਪਰਾਲਾ ਕਰ ਰਹੇ ਨੇ ਰੈਡੀਮੇਡ ਟੂਲ ਵਾਲੇ, ਅਸੀਂ ਇਹਨਾਂ ਦੀ ਸਟਾਲ ਤੇ ਆਏ ਹਾਂ ਮਹਿਕਮਾ ਚ ਐਕਸਪੋ ਤੇ। ਅੱਗੇ ਜਿਵੇਂ ਇੰਡਸਟਰੀ ਲੈਕੇ ਜਿਹੜੇ ਸ਼ੀਟ ਮੈਟਲ ਦੇ ਜਾਂ ਕੰਪੋਨੈਂਟ ਵਗੈਰਾ ਬਣਾਉਂਦੇ ਨੇ ਉਹਨਾਂ ਨੂੰ ਕਈ ਇੰਡਸਟਰੀ ਵਾਲਿਆਂ ਨੂੰ ਪ੍ਰੋਬਲਮ ਆ ਜਾਂਦੀਆਂ ਨੇ, ਡਾਈਆਂ ਦੀ ਪ੍ਰੋਬਲਮ ਆ ਜਾਂਦੀ ਆ, ਫਿਰ ਉਹ ਕੋਈ ਕੰਪੋਨੈਂਟ ਟੁੱਟ ਜਾਂਦਾ ਫਿਰ ਬ੍ਰੇਕ ਡਾਊਨ ਆ ਜਾਂਦੀ ਆ। ਬਟ ਇੱਧਰ ਰੈਡੀਮੇਡ ਟੂਲ ਰੂਮ ਵਾਲਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ। ਮੰਨ ਲਓ ਤੁਹਾਡੀ ਕੋਈ ਵੀ ਧੀ ਪੰਚ ਵਗੈਰਾ ਖਰਾਬ ਹੋ ਗਿਆ ਜਾਂ ਕੁਛ ਵੀ ਹੋ ਗਿਆ, ਉਹ ਇਹ ਇਹਨਾਂ ਦੀ 24 ਘੰਟੇ ਦੀ ਸਰਵਿਸ ਆ। ਕਈ ਵਾਰ ਆਪਣਾ ਆਪਣਾ ਕੋਰਮੈਨ ਨਹੀਂ ਆਇਆ ਹੁੰਦਾ, ਕਈ ਵਾਰ ਡਾਈ ਮੇਕਰ ਨਹੀਂ ਆਇਆ ਹੁੰਦਾ, ਉਹਦਾ ਲਾ ਗਿਆ ਆ। ਉਹ ਵੀ ਉਹਨਾਂ ਨਾਲ ਗੱਲ ਕਰਦੇ ਆ। ਮੇਰਾ ਨਾਮ ਸਤਨਾਮ ਸਿੰਘ ਰੈਡੀਮੇਡ ਟੂਲ ਨੂੰ ਜੀ ਜੀ, ਔਰ ਇੱਕ ਚੀਜ਼ ਮੈਂ ਤੁਹਾਨੂੰ ਤੁਹਾਡੇ ਚੈਨਲ ਦੇ ਰਾਹੀਂ ਜੋ ਦਰਸ਼ਕ ਦੇਖ ਰਹੇ ਹਾਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਔਰ ਰਿਕੁਐਸਟ ਕਰਦਾ ਜੀ ਜੀ ਕਿ ਕਸਟਮਰ ਦੀ ਡਿਮਾਂਡ ਨੂੰ, ਜ਼ਰੂਰਤ ਨੂੰ ਮੁੱਖ ਰੱਖਦਿਆਂ ਹੋਇਆ, ਮੈਨੂਫੈਕਚਰ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਹੋਇਆ ਮੈਂ ਦੋ ਮੁੱਖ ਸਰਵਿਸ ਲੈ ਕੇ ਆਇਆ। ਇੱਕ ਤੇ ਇੱਕ 24 ਆਵਰ ਸਰਵਿਸ, ਚਾਹੇ ਸੰਡੇ ਹੈ ਚਾਹੇ ਡੇ ਹੈ ਨਾਈਟ ਹੈ, ਸਾਡੇ ਕੋਲ ਅਲੱਗ ਅਲੱਗ ਟੀਮਾਂ ਨੇ, ਅਸੀਂ ਤੁਹਾਡੀ ਪ੍ਰੋਡਕਸ਼ਨ ਨੂੰ ਹੈਲਡ ਅਪ ਨਹੀਂ ਹੋਵਾਂਗੇ, ਘੱਟੋ ਘੱਟ ਸਮੇਂ ਦੇ ਵਿੱਚ ਅਸੀਂ ਤੁਹਾਡੀ ਪ੍ਰੋਡਕਸ਼ਨ ਨੂੰ ਕੰਟੀਨਿਊ ਕਰਾਂਗੇ। ਦੂਜੀ, ਅਸੀਂ ਜੋ ਵੀ ਸਾਡੇ ਕੋਲ ਪ੍ਰੋਡਕਟ ਨੇ ਡਿਸਪਲੇ ਆਈਟਮ ਹੈ ਔਰ ਪਿੱਛੇ ਵੀ ਦੇਖ ਪਾ ਰਹੇ ਹੋ ਇਹਨਾਂ ਦੀ ਅਸੀਂ 10 ਸਾਲ ਦੀ ਗਰੰਟੀ ਦਿੰਦੇ ਜੀ, ਤਾਂ ਕਿ ਕਸਟਮਰ ਨੂੰ ਸੈਟੀਸਫੈਕਸ਼ਨ ਮਿਲੇ। ਜਿਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਯੂਰੋਪੀਅਨ ਔਰ ਜੈਪਨੀਜ਼ ਪ੍ਰੋਡਕਟ ਹੁੰਦੇ ਨੇ ਮਸ਼ੀਨਰੀ ਵਗੈਰਾ ਦੇ ਔਰ ਅੱਛੀ ਕੁਆਲਿਟੀ ਹੁੰਦੀ ਆ, ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆ ਮੈਂ ਚਾਹੇ ਕਿ ਆਪਾਂ ਆਪਣੇ ਮੇਕ ਇਨ ਇੰਡੀਆ ਆਪਣੇ ਕੰਟਰੀ ਦੇ ਵਿੱਚ ਹੀ ਆਪਾਂ ਅੱਛੀ ਕੁਆਲਿਟੀ ਦੇ ਕੇ ਤਾਂ ਕਿ ਕੋਸਟ ਨੂੰ, ਜਿਹੜੀ ਪ੍ਰੋਡਕਟ ਕੋਸਟ ਹੈ ਉਹਨੂੰ ਘਟਾਇਆ ਜਾ ਸਕੇ ਔਰ ਜਿਹੜੀ ਬ੍ਰੇਕਡਾਊਨ ਕੋਸਟ ਆਉਂਦੀ ਆ, ਕੁਆਲਿਟੀ ਇਸ਼ੂਜ਼ ਆਉਂਦੇ ਆ, ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆ ਅਸੀਂ ਸਟੈਂਡਰਡ ਸਾਰਾ ਮੇਨਟੇਨ ਕੀਤਾ ਹੋਇਆ। ਇਹ ਸਾਰੇ ਅਸੀਂ ਰੈਡੀਮੇਡ ਸਟਾਕ ਰੱਖਦੇ ਹਾਂ। ਦੋਸਤੋ, ਕਹਿਣ ਦਾ ਮਤਲਬ ਆ ਜਿਵੇਂ ਕੋਈ ਬ੍ਰੇਕਡਾਊਨ ਨਹੀਂ ਆਊਗੀ ਤੁਹਾਡੇ, ਕਈ ਵਾਰ ਡਾਈ ਖਰਾਬ ਹੋਣ ਨਾਲ ਲੇਬਰ ਆਪਾਂ ਨੂੰ ਪੈਂਦੀ ਰਹਿੰਦੀ ਆ 10-10 ਘੰਟਿਆਂ ਦੀ, ਉਹਦਾ ਇਹਨਾਂ ਨੇ ਪ੍ਰੋਪਰ ਸੋਲੂਸ਼ਨ ਲਿਆਂਦਾ। 24 ਘੰਟੇ ਸਰਵਿਸ ਤੱਕ ਕੋਈ ਵੀ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਬ੍ਰੇਕਡਾਊਨ ਨਹੀਂ ਆਊਗੀ। ਜਿਵੇਂ ਤੁਸੀਂ ਸ਼ੀਟ ਮੈਟਲ ਦੇ ਕੰਪੋਨੈਂਟ ਬਣਾਉਂਦੇ ਆ, ਸਰ ਸ਼ੀਟ ਮੈਟਲ ਦੀ ਕਰਦੇ ਹੋ ਕਿ ਨਾਲ ਦੂਸਰੀ ਲੜਾਈ ਹੁੰਦੀ? ਹਾਂਜੀ, ਮੈਂ ਬੋਡੀ ਫਰੇਮ ਸ਼ੀਟ ਮੈਟਲ, 2-ਵੀਲਰ, 4-ਵੀਲਰ, ਆਟੋਮੋਬਾਈਲ, ਟਰੈਕਟਰ ਪਾਰਟਸ, ਜੋ ਵੀ ਸ਼ੀਟ ਮੈਟਲ ਬੋਡੀ ਫਰੇਮ ਦੇ ਟੂਲ ਜਿਸ ਲੱਗਦੇ ਆ ਉਹ ਕੰਪਲੀਟ, ਔਰ ਇਸ ਦੇ ਨਾਲ ਨਾਲ ਐਡੀਸ਼ਨਲ ਜੋ ਮੈਂ ਐਡ ਕੀਤਾ ਹੈ ਉਹ ਪਲਾਸਟਿਕ ਮੋਲਡਿੰਗ ਔਰ ਵੈਸਟ ਡਾਈ ਕਾਸਟਿੰਗ, ਉਹਨਾਂ ਦੇ ਪਾਰਟਸ, ਚਾਈਲਡ ਪਾਰਟਸ ਵੀ ਰੱਖੇ ਆ, ਤਾਂ ਕਿ ਕਸਟਮਰ ਨੂੰ ਔਰ ਜੋ ਮੈਨੂਫੈਕਚਰ ਨੂੰ ਦਿੱਲੀ ਜਾਣਾ ਪੈਂਦਾ ਸੀਗਾ, ਬਾਹਰੋਂ ਆਊਟਸੋਰਸ ਕਰਕੇ ਮੰਗਾਉਣੇ ਪੈਂਦੇ ਸੀ, ਉਹਨਾਂ ਜਦੋਂ ਉਹਨਾਂ ਦੀ ਬ੍ਰੇਕਡਾਊਨ ਰਹਿੰਦੀ ਸੀ ਤੇ ਉਹਨੂੰ ਕਵਰ ਕੀਤਾ ਜਾ ਸਕੇ, ਟਾਈਮ ਨੂੰ ਘਟਾਇਆ ਜਾਵੇ ਬ੍ਰੇਕਡਾਊਨ। ਸਰ ਕਿੱਥੇ ਕਿੱਥੇ ਸਰਵਿਸ ਦਿੰਦੇ ਹੋ ਤੁਸੀਂ? ਹਾਂਜੀ, ਮੈਂ ਵੈਸੇ ਆਲ ਓਵਰ ਇੰਡੀਆ ਰਹਿੰਦਾ ਹੈ, ਵੈਸੇ ਮੇਰੇ ਮੇਨ ਜਿਹੜੇ ਇੱਥੇ ਹੈਗੇ ਆ ਜਿੱਦਾਂ ਪੰਜਾਬ ਪੂਰਾ ਕਵਰ ਕਰਦੇ ਆ, ਜੰਮੂ ਔਰ ਹਿਮਾਚਲ, ਬੱਦੀ ਵਗੈਰਾ ਔਰ ਚੰਡੀਗੜ੍ਹ ਪੂਰਾ CCR ਕਵਰ ਕਰਦੇ ਆ, ਪੰਚਕੂਲਾ ਸਾਈਡ ਔਰ ਰੁਦਰਪੁਰ ਤੱਕ, ਪੰਥਨਗਰ ਤੱਕ, ਔਰ ਉਸ ਤੋਂ ਇਲਾਵਾ ਫਰੀਦਾਬਾਦ, ਹਰਿਆਣਾ, ਦਾਰੂਗੜਾ, ਗੁਰਗਾਓਂ, ਉਸ ਤੋਂ ਇਲਾਵਾ ਤਾਪੂਗੜਾ ਵਗੈਰਾ, ਇਹ ਸਾਰਾ ਮੈਂ ਕਵਰ ਕਰਦਾ। ਸਰ ਐਡਰੈਸ ਤੇ ਫੋਨ ਨੰਬਰ ਦੇ ਦਿਓ ਤੇ। ਹਾਂਜੀ, ਮੇਰਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 9216212121 ਔਰ ਮੇਰੀ ਫੈਕਟਰੀ ਰੈਡੀਮੇਡ ਟੂਲ ਰੂਮ K220K60 ਫੋਕਲ ਪੁਆਇੰਟ ਚੰਡੀਗੜ੍ਹ ਲੁਧਿਆਣਾ। ਸਰ ਫੋਨ ਨੰਬਰ ਦੇ ਦਿਓ ਜੇ ਕਿਸੇ ਨੂੰ ਕੋਈ ਲੋੜ ਹੋਵੇ ਤਾਂ। ਦੁਬਾਰਾ ਮੈਂ ਫੋਨ ਨੰਬਰ ਬੋਲਦਾ 9216211121 ਔਰ ਮੈਂ ਮੇਰੀ ਜਿਹੜਾ ਕੰਪਨੀ ਦੀ ਪ੍ਰੋਫਾਈਲ ਆ ਉਹ ਇੰਸਟਾ, ਫੇਸਬੁੱਕ ਔਰ ਮੇਰੀ ਮੇਲ ਆਈਡੀ ਵੀ ਹੈਗੀ ਹੈ readymade2@gmail.com ਔਰ ਇੰਸਟਾ, ਫੇਸਬੁੱਕ ਪੇਜ ਜਿਹੜੇ ਵਗੈਰਾ ਹੈਗੇ ਆ, ਤੁਸੀਂ ਜੇ ਉੱਥੇ ਮੇਰੇ ਸਾਰੇ ਡਿਸਪਲੇ ਚ ਐਡਾਂ ਦੇਖਣਾ ਚਾਹੁੰਦੇ ਹੋ ਉਹ ਵੀ ਰੈਡੀਮੇਡ ਟੂਲ ਰੂਮ ਦੇ ਨਾਮ ਤੇ ਤੁਸੀਂ ਸਰਚ ਕਰਕੇ ਉੱਥੇ ਦੇਖ ਸਕਦੇ ਹੋ। ਸੋ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਸਾਰੇ ਦੂਸਰੇ ਦਰਸ਼ਕਾਂ ਦਾ, ਧੰਨਵਾਦ।
ਮਿਹਰਬਾਨੀ।